बिस्मिल्लाहिर्रहमानिर्रहीम। अस्सलाम वालेकुम मेरे भैन भ्राओ ते मेरे बच्चे। करेले बना रहे हैं, यह देखो ये ना असी इस तरह कट ले असी ये छिले नहीं है भी। करेले ना इस तरह कट के ते ये असी कर ले। ये देखो मैं ना नमक ला के इन्हां नूं रखता हूँ। नींबू भी ला सकते हो अगर सिरका नहीं हो। इस तरह ना मैं ला के तो इन्हों रख दूँगा 10 मिनट वास्ते। ये ना हुण असीं इहदे च ना मसाला पा देवांगे सारा। मिर्चां दा एक चम्मच पा दिता। सुके धनिए का चम्मच पा दिता। अद्धा चम्मच नमक का पा दिता। असी बेसन दे पा देवांगे 4 चम्मच। है साढ़ा 4 चम्मच बेसन। ਵਿੱਚ ਅਸੀਂ 1 ਚਮਚ ਨਾ ਅੰਬਚੂਰ ਦਾ ਇੱਥੇ ਪਾ ਦਵਾਂਗੇ। ਅਸੀਂ ਅੰਬਚੂਰ ਪਾ ਦਿੱਤਾ ਵਿੱਚ। ਇਹ ਜਿਹੜਾ ਸਾਡਾ ਆਪਣਾ ਬਣਿਆ ਹੋਇਆ ਵਾ ਮੇਰੇ ਲਿੰਕ 'ਤੇ ਪਿਆ ਹੈ ਨਾ। ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਏ ਸੀ ਨਾ ਕਰੇਲੇ, ਨਮਕ ਲਾ ਕੇ ਰੱਖੇ ਸੀ, ਫਿਰ ਅਸੀਂ ਇਹਨਾਂ ਨੂੰ ਧੋ ਲਿਆ। ਹੁਣ ਅਸੀਂ 4 ਚਮਚ ਕੋਈ ਬੇਸਣ ਦੇ ਲਾ ਦਿੱਤੇ, 1 ਚਮਚ ਮਿਰਚਾਂ ਦਾ ਪਾ ਦਿੱਤਾ, ਨਮਕ ਦਾ 1 ਪਾ ਦਿੱਤਾ। ਅਤੇ ਇਹ ਹੁਣ ਅਸੀਂ ਇਹਨਾਂ ਨੂੰ ਫਰਾਈ ਕਰ ਲਾਂਗੇ ਇਸ ਤਰ੍ਹਾਂ। ਇਹ ਘੀਆ ਅਸੀਂ ਰੱਖ ਦਿੱਤਾ ਸੀ ਉੱਤੇ ਗਰਮ ਹੋਣ ਵਾਸਤੇ। ਇਹ ਸਾਡਾ ਗਰਮ ਹੋ ਗਿਆ ਨਾ ਖਾਣਾ। ਇਹ ਦੇਖੋ ਹੁਣ ਸਾਡੇ ਕਰੇਲੇ ਹੋ ਗਏ ਅਤੇ ਮੈਂ ਹੁਣ ਇਹਨਾਂ ਨੂੰ ਕੱਢ ਲਵਾਂ। ਕ੍ਰਿਸਪੀ ਹੋ ਗਿਆ ਸਾਰਾ, ਕੱਢ ਲਾਂਗੇ ਸਾਰੇ ਬਾਹਰ। ਦੇਖੋ ਕਿੰਨੇ ਅੱਛੇ ਕ੍ਰਿਸਪੀ ਔਰ ਸਬਜ਼ ਕਿੰਨੇ ਅੱਛੇ ਹੋ। ਤੁਸੀਂ ਚਾਹੋ ਤਾਂ ਸਰਸੋਂ ਦੇ ਤੇਲ 'ਚ ਵੀ ਇਹ ਬਣਾ ਸਕਦੇ ਨਾ, ਬਹੁਤ ਅੱਛੇ ਬਣ ਜਾਂਦੇ। ਅਸੀਂ ਇਹਨਾਂ ਨੂੰ ਬਣਾ ਲਵਾਂਗੇ, ਬਿਲਕੁਲ ਅਸੀਂ ਜ਼ਾਇਆ ਨਹੀਂ ਕਰਾਂਗੇ। ਪਿਆਜ਼ ਜ਼ਰਾ ਬਰਾਊਨ ਹੁੰਦਾ ਨਾ ਉਹਦਾ ਕੱਚਾਪਨ ਖਤਮ ਹੁੰਦਾ। ਇਹ ਹੁਣ ਦੇਖੋ ਸਾਡੇ ਪਿਆਜ਼ ਦਾ ਕੱਚਾਪਨ ਖਤਮ ਹੋ ਗਿਆ, ਹਲਕਾ ਹਲਕਾ ਇਹਦੇ 4-3 ਟਮਾਟਰ ਪਾ ਕੇ ਵਿੱਚ ਛੋਟੇ ਸਾਈਜ਼ ਦੇ ਟਮਾਟਰ ਜਿਹੜੇ ਨਾ ਪਾ। ਮਿਰਚ ਮੈਂ ਪਹਿਲੇ ਵੀ ਪਾਈ ਹੋਈ ਆ, ਮਿਰਚ ਸਾਡੀ ਤੇਜ਼ ਨਹੀਂ, ਤੁਸੀਂ ਦੇਖ ਕੇ ਮਿਰਚ ਪਾਉਣੀ ਨਾ ਕਿੰਨੀ ਨਹੀਂ। ਅੱਧਾ ਚਮਚ ਮੈਂ ਹੋਰ ਪਾ ਦਿੱਤਾ ਮਿਰਚਾਂ ਨੂੰ।
नमक का ना स्वाद स्वाद का चम्मच पता मैं पहले पाया ਬੁਨਾਈ ਕਰਕੇ ਤੇ ਅਸੀਂ ਇਹਨਾਂ ਨੂੰ ਦਮ ਦੇ ਦਾਂਗੇ ਬਹੁਤ ਅੱਛੇ ਪਿਆਸ ਕਰੀਏ ਬਣਨਗੇ ਦਮ ਦੇ ਕੇ ਮੈਂ ਦੇਖੋ ਮਾਸ਼ਾਅੱਲਾ ਸਾਡੇ ਕਰੇਲੇ ਮੈਂ ਦਮ ਦਿੱਤਾ ਹੋਇਆ ਤਿਆਰ ਹੋ ਗਏ ਦਮ ਪੱਟ ਕੇ ਮੈਂ ਤੁਹਾਨੂੰ ਦਿਖਾਉਂਦਾ ਇਹ ਦੇਖੋ ਨਾ ਇਸੇ ਤਰ੍ਹਾਂ ਕਰੇਲੇ ਬਣਾਓ ਔਰ ਸਾਡੇ ਚੈਨਲ ਨੂੰ ਜੁਆਇਨ ਕਰੋ ਓਕੇ ਕਰੋ ਔਰ ਵੀਡੀਓ ਪੂਰੀ ਦਿਓ ਇਹਨਾਂ ਨੂੰ ਮੈਂ 5 ਮਿੰਟ ਦਮ ਦੇ ਲਿਆ ਨਾ ਕਰੇਲਿਆਂ ਨੂੰ ਅਤੇ ਆਹ ਦੇਖੋ ਹੁਣ ਕਿੰਨੇ ਅੱਛੇ ਕਰੇਲੇ ਤਿਆਰ ਹੋ ਗਏ ਇਸੇ ਤਰ੍ਹਾਂ ਕਰੇਲੇ ਬਹੁਤ ਅੱਛੇ ਕਰੇਲੇ ਬਣਦੇ ਬਹੁਤ ਮਜ਼ੇ ਦੇ ਬਣਦੇ ਵੀਡੀਓ ਸਾਡੀ ਪੂਰੀ ਦੇਖਿਆ ਕਰੋ ਆ ਵੈਲ ਦੇ ਦਿਆ ਕਰੋ ਅੱਛਾ ਫਿਰ ਅੱਲਾ ਹਾਫਿਜ਼